मेरे अंदर बाला प्रभु प्रकाश हो गया, इस करके सारिया मुबारक ने बधाइया ने बसंत बसंत परमात्मा आख्या गुरु साहब जी ने महा महा मुबारक जड़िया सदा बसंत परमण चित संभाल सोए सदा सदा गोविंद ਉੱਥੇ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਪਰਮਣ ਨੂੰ ਭਾਵ ਹੈ ਪ੍ਰਫੁੱਲਤ ਹੋ ਖਿਰ ਹੇ ਚਿੱਤ ਹੇ ਮਨ ਤੂੰ ਸਾਹ ਰੱਖ ਉਸ ਪਰਮਾਤਮਾ ਦੇ ਨਾਮ ਨੂੰ ਪਰਮੇਸ਼ਰ ਨੂੰ ਪਰਮਣ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਗੋਬਿੰਦ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲਾ ਪ੍ਰਭੂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮਣ ਚਿਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਹੋਇਆ ਹੋਮੈ ਸੋਤਰ ਸਾਰ। ਦੇਖੋ ਗੁਰੂ ਸਾਹਿਬ ਜੀ ਕਿੰਨੇ ਸੁੰਦਰ ਵਚਨ ਕਰਦੇ ਨੇ, ਕਹਿੰਦੇ ਭੋਲਿਆ ਇਹ ਕਾਂਬਲੇ ਮਨ ਸੁਰਤ ਬੇਨਤੀ ਹੋਮੈ ਵਾਲੀ ਇਹ ਵਿਸਾਰ ਦੇ, ਮੈਂ ਵੀ ਕਰਨ ਵਾਲੀ ਮੈਂ ਆ ਕਰਦਾ ਜਾਂ ਮੇਰੀ ਚੀਜ਼ਾ ਆ ਮੇਰੀ ਚੀਜ਼ਾ। ਗੁਰੂ ਸਾਹਿਬ ਜੀ ਕਹਿੰਦੇ ਇਹ ਕਮਲੇ ਮਨ ਭੋਲਿਆ ਹੋਮੈ ਸੋਤਰ ਸਾਰ, ਇਹ ਕਮਲੇ ਮਨ ਮੈਂ ਕਰਨ ਵਾਲੀ ਬੇਨਤੀ ਭੁਲਾ ਦੇ, ਹੋਮੈ ਵਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਓ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਮਨ ਤੂੰ ਇਹ ਹੋਮੈ ਨੂੰ ਮਾਰ ਦੇ ਤੇ ਵਿਚਾਰ ਸੋਚ ਸਮਝ ਹੋਸ਼ ਕਰ, ਇਹ ਮਨ ਗੁਣ ਵਿੱਚ ਗੁਣਾਂ ਵਿੱਚ ਸ੍ਰੇਸ਼ਟ ਗੁਣ ਸਭ ਤੋਂ ਸ੍ਰੇਸ਼ਟ ਗੁਣ ਲੈ ਸੰਭਾਲ ਲੈ ਪਰਮਾਤਮਾ ਦੇ ਨਾਮ ਨੂੰ। ਸੋ ਸਾਧ ਸੰਗਤ ਜਿੱਥੇ ਅੱਜ ਬਸੰਤ ਪੰਚਮੀ ਹੈ ਉੱਥੇ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪ ਜੀ ਨੇ ਸਰਵਣ ਕੀਤਾ ਹੈ ਕਿ ਜਿੱਥੇ ਹੀ ਇਹ ਬਸੰਤ ਰੁੱਤ ਹੈ ਉੱਥੇ ਗੁਰੂ ਸਾਹਿਬ ਜੀ ਨੇ ਕਰਤੀ ਰਾਗਾਂ ਦੇ ਵਿੱਚ 25ਵਾਂ ਜੋ ਰਾਗ ਹੈ ਬਸੰਤ ਰਾਗ, ਸੋ ਗੁਰੂ ਸਾਹਿਬ ਜੀ ਨੇ ਬਸੰਤ ਰਾਗ ਵੀ ਉਚਾਰਨ ਕੀਤਾ। ਤੇ ਜਿੱਥੇ ਗੁਰੂ ਸਾਹਿਬ ਜੀ ਨੇ ਬਸੰਤ ਰਾਗ ਉਚਾਰਨ ਕੀਤਾ ਸਾਧ ਸੰਗਤ ਆਪ ਦੀ ਸਰਵਣ ਕਰਦੇ ਰਹਿੰਦੇ ਹੋ, ਉੱਥੇ ਸਤਿਗੁਰਾਂ ਦੀ ਕਿਰਪਾ ਕੀਤੀ ਹੈ ਬਸੰਤ ਕੀ ਵਾਰ। ਸਵਾਸ ਸੰਗਤਾਂ ਦੇ ਧਿਆਨ ਵਿੱਚ ਹੋਣਾ ਲੋੜ ਵਿੱਚ ਹੋਣਾ ਕਿ ਜਿੱਥੇ ਹੀ 31 ਰਾਗ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 22-12 ਵੀ ਉਚਾਰਨ ਕੀਤੀਆਂ ਹੋਈਆਂ ਨੇ। ਬਾਗ ਨੂੰ ਭਾਗ ਹੈ ਜੰਗ ਯੁੱਗ, ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਹਰ ਇੱਕ ਮਨੁੱਖ ਨੇ ਹਰ ਇੱਕ ਪ੍ਰਾਣੀ ਨੇ ਜੋ ਵਿਕਾਰ ਨੇ ਵਿਕਾਰਾਂ ਦੇ ਨਾਲ ਦੁੱਖ ਕਰਨਾ ਮਨ ਕਰਕੇ, ਸੋ ਇਸ ਕਰਕੇ ਸਾਧਨ ਦੇ 22-12 ਗੁਰੂ ਸਾਹਿਬ ਜੀ ਨੂੰ ਉਚਾਰ ਕੀਤੀਆਂ ਨੇ। ਉੱਥੇ ਹੀ ਆਪ ਜੀ ਦੇ ਧਿਆਨ ਵਿੱਚ ਹੋਣਾ ਕਿ ਬਸੰਤ ਕੀ ਵਾਰ ਵੀ ਗੁਰੂ ਸਾਹਿਬ ਜੀ ਨੂੰ ਉਚਾਰ ਕੀਤੀ ਹੈ, ਜੋ ਕਿ ਆਪ ਜੀ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਵਿਖੇ ਜਦੋਂ ਰਾਗੀ ਸਾਹਿਬਾਨ ਕੀਰਤਨ ਦੀ ਸਮਾਪਤੀ ਕਰਦੇ ਨੇ, ਭਾਵੇਂ ਉਹ ਘੰਟੇ ਦੀ ਡਿਊਟੀ ਹੈ ਜਾਂ ਡੇਢ ਘੰਟੇ ਦੀ ਡਿਊਟੀ, ਸੋ ਸਮਾਪਤੀ ਦੇ ਸਾਧਨ ਦੇ 2 ਮਹੀਨੇ ਇਹ ਵਾਰ ਦਾ ਉਚਾਰਨ ਕੀਤਾ ਜਾਂਦਾ ਹੈ। ਭਾਵੇਂ ਜੋ ਕਿ ਰਾਗੀ ਸਾਹਿਬਾਨ ਨੇ ਜਿਹਨਾਂ ਨੂੰ ਇਹਦੇ ਬਾਰੇ ਗਿਆਨ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਜਾਂ ਹੋਰ ਵੀ ਜਿੱਥੇ ਵੀ ਸੰਗਤ ਦੇ ਵਿੱਚ ਕੀਰਤਨ ਕਰਕੇ ਸਮਾਪਤੀ ਕਰਦੇ ਨੇ ਤਾਂ ਸਾਧਸੰਗ ਦੀ ਬਸੰਤ ਕੀ ਵਾਰ ਜ਼ਰੂਰ ਲਾਭੇਗੀ। ਆਪ ਸਾਰੇ ਸੰਗਤਾਂ ਦੇ ਸਹਿਬ ਜਾਲ ਹੋ ਗਈ ਹੋਣੀ ਹੈ ਕਿਉਂਕਿ ਆਪਾਂ ਪਿਛਲੇ ਸਾਲ ਵੀ ਇਸ ਵਾਰ ਦਾ ਪਾਠ ਕਰਦੇ ਹੁੰਦੇ ਸੀ, ਬਸੰਤ ਕੀ ਵਾਰ ਮਹੱਲ ਪੰਜ ਵਾਰੇ ਕਿ ਮਹੱਲਾ ਨਹੀਂ ਲੱਲੇ ਦੇ ਨਾਲ ਕਰਨਾ ਨਹੀਂ ਲੱਲੇ ਮੌਕੜ ਹੈ, ਸੋ ਗੁਰੂ ਸਾਹਿਬ ਜੀ ਨੇ ਮਹੱਲ ਕਰਕੇ ਉਚਾਰਨ ਕੀਤਾ ਹੈ ਬਸੰਤ ਕੀ ਵਾਰ
ਮਹਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ 1193 ਅੰਕ ਤੇ ਸਵਾਇਮਾਨ ਹੈ ਬਸੰਤ ਰਾਗ ਕੇਂਦਰ। ਸੋ ਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ ਹਰ ਕਾ ਨਾਮ ਧਿਆਈ ਕੈ ਹੋ ਕਰਿਆ ਭਾਈ ਕਰਮ ਲਿਖਣ ਤੈ ਪਾਈਐ ਇਹ ਰੁਤ ਸੁਹਾਈ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਪ੍ਰਭੂ ਦਾ ਨਾਮ ਧਿਆ ਕੇ ਸਿਮਰ ਕੇ ਹੋ ਹਰਿਆ ਭਾਈ ਜਿਵੇਂ ਸਾਰੀ ਬਨਸਪਤੀ ਹਰਿਆਵਲੀ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਕਰਮ ਲਿਖਣ ਤੈ ਪਾਈਐ ਇਹ ਰੁਤ ਸੁਹਾਈ। ਭਾਵ ਉਸ ਪ੍ਰਭੂ ਨੂੰ ਧਿਆ ਕੇ ਸੋਹਣੇ ਪ੍ਰਭੂ ਨੂੰ ਧਿਆਉਣਾ ਕਰ ਤੇ ਤੇਰੇ ਵਾਸਤੇ ਰੁੱਤ ਸੁਹਾਵਣੀ ਹੋ ਜਾਵੇਗੀ। ਵਣ ਤੇਰਨ ਤੇਰ ਭਵਨ ਮੌਲਿਆ ਅੰਮ੍ਰਿਤ ਹਰ ਪਾਈ ਮਿਲਸਾ ਨੂੰ ਸੁਖ ਉਪਜੈ ਲੱਖੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਤੇ ਬੋਖ ਨਾ ਧਾਰੀ। ਸੋ ਇਸ ਵਾਰ ਦੇ ਵਿੱਚ ਸਾਧ ਸਾਰੀਆਂ ਵਾਰਾਂ ਤੋਂ ਇਹ ਵਾਰ ਛੋਟੀ ਹੈ ਤੇ ਸਿਰਫ ਤਿੰਨ ਪੌੜੀਆਂ ਨੇ ਜੋ ਕਿ ਤਿੰਨ ਪਾਗ ਵੀ ਕਹਿ ਸਕਦੇ ਹਾਂ ਆਪਾਂ। ਇਸ ਦੇ ਵਿੱਚ ਤਿੰਨ ਪਾਗ ਦੇ ਸਿਰਫ ਪੰਜ ਪੰਜ ਪੱਗ ਦੀਆਂ ਦੇ ਤਿੰਨ ਪੌੜੀਆਂ ਨੇ, 15 ਪੱਗ ਦੀਆਂ ਨੇ ਇਸ ਦੇ ਵਿੱਚ। ਸੋ ਦੂਸਰੀ ਪੌੜੀ ਰੰਗ ਹੁੰਦੀ ਹੈ ਬੰਦੇ ਬੰਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਲਪਾਈਨ ਵਿੱਚ ਗਈਓ ਪੜੋਆ ਰੋਗ ਸੋ ਸਭ ਮਿਟ ਗਏ ਇੱਕ ਨਵਾਂ ਨਿਰਵਾ ਨਿਰੈ ਨਾਮ ਧਿਆਨਤਾ ਤੇ ਪਾਏ ਨਾ ਹੋਆ ਜਿਸ ਦੇ ਉਪਜਿਆ ਨਾਨਕਾ ਸੋਈ ਤੇ ਹੋਆ। ਕਿੱਥੋਂ ਉਪਜੇ ਕਹਿ ਰਹੇ ਕਹਿ ਨਮਾਈ ਸਮਾਵੇ ਜੀਵ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਧਿਆਨ ਸੁਣਨ ਦੇ ਤੁਸੀਂ ਭਗਤ ਸੁਹਾਵੇ ਅਗਮਨ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਤ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ। ਸੋ ਇੱਥੇ ਤੱਕ ਸਾਧ ਸੰਗਤ ਇਹ ਤਿੰਨ ਪੌੜੀਆਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਇਤਿਹਾਸ ਦੇ ਵਿੱਚ ਜੋ ਦੱਸਿਆ ਗਿਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਇਹ ਬਾਣੀ ਉਚਾਰਨ ਕਰ ਰਹੇ ਸਨ ਭਾਈ ਗੁਰਦਾਸ ਜੀ ਦੇਖ ਰਹੇ ਸੀ ਤਾਂ ਸਾਧ ਸੰਗਤ ਉਸ ਸਮੇਂ ਕਹਿੰਦੇ ਲਾਗਰੀ ਸਿੰਘ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਲੰਗਰ ਤੇ ਆਪਣੇ ਆਪ ਨੂੰ ਕਿਰਪਾ ਕਰੋ ਭੋਗ ਲਾਓ ਲੰਗਰ ਛਕੋ। ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦੇ ਲੰਗਰ ਦਾ ਸਤਿਕਾਰ ਵਾਸਤੇ ਧੰਨ ਅਨਾਦ ਠਾਕੁਰ ਮਤ ਮਾਨਿਆ ਬਾਣੀ ਦੇ ਵਿੱਚ ਐਸੇ ਵਚਨ ਵੀ ਆਉਂਦੇ ਨੇ ਪੰਕਤੀ ਆਉਂਦੀ ਹੈ ਸਹਿਤਲਾਸੀ ਰਾਗ ਦੇ ਵਿੱਚ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਜਿਸ ਸੰਤ ਨੂੰ ਪ੍ਰਮਾਤਮਾ ਨੇ ਵੀ ਮੰਨਿਆ ਹੈ ਛਕਣ ਵਾਸਤੇ ਤੇ ਆਪਾਂ ਨੂੰ ਸਾਰਿਆਂ ਨੂੰ ਇਸ ਦਿੱਤਾ ਹੈ ਸਰੀਰ ਦੀ ਸੰਭਾਲ ਵਾਸਤੇ ਸਰੀਰ ਦੀ ਉਪਜਦਾ ਲਈ ਸਰੀਰ ਦੇ ਬਚਾਅ ਵਾਸਤੇ ਆਪਾਂ ਨੂੰ ਅੰਨ ਛਕਣ ਵਾਸਤੇ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਅੰਨ ਦਾ ਸਤਿਕਾਰ ਕੀਤਾ ਸਾਸਨ ਤੇ ਜਦੋਂ ਲਾਗਰੀ ਸਿੰਘ ਨੇ ਆ ਕੇ ਆਖਿਆ ਗੁਰੂ ਸਾਹਿਬ ਜੀ ਸਤਿਗੁਰੂ ਜੀ ਕਿਰਪਾ ਕਰੋ ਲੰਗਰ ਤਿਆਰ ਨੇ ਕਹਿੰਦੇ ਉਸ ਸਮੇਂ ਗੁਰੂ ਸਾਹਿਬ ਜੀ ਨੇ ਤਿੰਨ ਪੌੜੀਆਂ ਉਚਾਰਨ ਕੀਤੀਆਂ ਸੀ 15 ਪੰਗ ਦੀਆਂ ਤਾਂ ਗੁਰੂ ਸਾਹਿਬ ਜੀ ਸਾਧ ਸੰਗਤ ਜੋ ਲੰਗਰ ਦਾ ਥਾਲ ਸਰਕ ਕੇ ਹਾਜ਼ਰ ਸੀ ਗੁਰੂ ਸਾਹਿਬ ਜੀ ਨੇ ਸਮਾਪਤੀ ਕਰਕੇ ਫਿਰ ਲੰਗਰ ਛਕਣਾ ਕੀਤਾ ਤੇ ਆਪਣੇ ਵਾਸਤੇ ਦੱਸਿਆ ਕਿ ਲੰਗਰ ਦਾ ਸਤਿਕਾਰ ਕਰੀਏ। ਕਈ ਵਾਰੀ ਐਸਾ ਹੁੰਦਾ ਸਾਧ ਸੰਗਤ ਆਪਾਂ ਕੰਮਾਂ ਦੇ ਵਿੱਚ ਉਲਝੇ ਹੁੰਦੇ ਹਾਂ, ਕਈ ਵਾਰੀ ਖਰਾਬੀ ਹੋ ਜਾਂਦੀ ਹੈ ਆਪਣੀ, ਆਪਾਂ ਪ੍ਰਸ਼ਾਦਾ ਛੱਡਦੇ ਵੀ ਉੱਠ ਕੇ ਖੜੇ ਹੋ ਜਾਂਦੇ ਹਾਂ, ਪਰ ਗੁਰੂ ਸਾਹਿਬ ਜੀ ਕਹਿੰਦੇ ਐਸਾ ਨਹੀਂ ਕਰਨਾ ਚਾਹੀਦਾ। ਜੋ ਲੰਗਰ ਹੈ ਗੁਰੂ ਦੀ ਬਹੁਤ ਵੱਡੀ ਦਾਤ ਹੈ ਸਾਸਨ, ਇਸੇ ਕਰਕੇ ਤਾਂ ਆਪਾਂ ਬੱਚੇ ਦਿੰਦੇ ਹਾਂ ਸਾਰੇ ਕਮਾਉਣ ਵਾਸਤੇ ਲੰਗਰ ਵਾਸਤੇ। ਸੋ ਲੰਗਰ ਦਾ ਗੁਰੂ ਸਾਹਿਬ ਜੀ ਨੇ ਸਤਿਕਾਰ ਦੱਸਿਆ, ਨਾ ਹੀ ਨੰਗੇ ਸਿਰ ਲੰਗਰ ਛਕਣਾ। ਸੋ ਇਸ ਤਰ੍ਹਾਂ ਸਾਸਕ੍ਰਿਤ ਆਪਣੇ ਮਹਾਂਪੁਰਖ ਹੋਏ ਨੇ ਸੰਤ ਬਾਬਾ ਤਾਰਾ ਸਿੰਘ ਜੀ ਕਾਸਵਾ ਸਹਾਲੀ ਸਾਹਿਬ ਵਾਲੇ ਮਹਾਂਪੁਰਖ, ਉਹ ਬੜਾ ਹੀ ਸਤਿਕਾਰ ਕਰਿਆ ਕਰਦੇ ਸਨ ਲੰਗਰ ਦਾ। ਜਦੋਂ ਕਹਿੰਦੇ ਉਹਨਾਂ ਨੇ ਲੰਗਰ ਦੇ ਵਿੱਚ ਜਾਣਾ ਤਾਂ ਜੋੜੇ ਖੋਲ੍ਹ ਕੇ ਜਿੱਥੇ ਤਵੀ ਹੁੰਦੀ ਆ ਲੰਗਰ ਤਿਆਰ ਕੀਤਾ ਜਾਂਦਾ ਉੱਥੇ ਜਾ ਕੇ ਮੱਥਾ ਟੇਕਣਾ। ਉਹਨਾਂ ਨੇ ਕਹਿਣਾ ਕਿ ਲੋਹ ਪਾਤਾ ਹੈ ਇਸ ਤੋਂ ਲੰਗਰ ਤਿਆਰ ਹੁੰਦਾ ਭਾਈ,
ਇਸੇ ਤਰ੍ਹਾਂ ਹੀ ਹੁਣ ਵੀ ਜੋ ਮਹਾਂਪੁਰਖ ਨੇ ਸੰਤ ਬਾਬਾ ਭੋਲਾ ਸਿੰਘ ਜੀ ਕਾਰ ਸਰਾਣੀ ਸਾਹਿਬ ਵਾਲੇ ਉਹ ਵੀ ਉਸੇ ਤਰ੍ਹਾਂ ਬਹੁਤ ਸਤਿਕਾਰ ਕਰਦੇ ਨੇ ਸਾਧ ਸੰਗਤ ਲੰਗਰ ਦੇ ਵਿੱਚ ਜਦੋਂ ਵੀ ਜਾਂਦੇ ਨੇ ਪਹਿਲਾਂ ਮੱਥਾ ਟੇਕਦੇ ਨੇ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਿਖਾਇਆ ਭਾਈ ਲੰਗਰ ਦਾ ਸਤਿਕਾਰ ਕਰਨਾ ਭਾਵੇਂ ਘਰੇ ਆ ਜਾਂ ਗੁਰੂ ਘਰ ਲੰਗਰ ਤਾਂ ਲੰਗਰ ਹੀ ਹੈ ਸੋ ਘਰ ਵਿੱਚ ਵੀ ਸਾਧ ਸੰਗਤ ਰਸੋਈ ਦੇ ਵਿੱਚ ਵੀ ਅੰਨ ਦਾ ਸਤਿਕਾਰ ਕਰਿਆ ਕਰੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਅੰਨ ਦੇਵਤਾ ਸੋ ਇਸ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਜਿੱਥੇ ਗੱਦੀ ਰਾਗ ਉਚਾਰਨ ਕੀਤੇ ਉੱਥੇ ਪੱਚੀ ਮਹਾਰਾਗ ਹੈ ਬਸੰਤ ਰਾਗ ਸੋ ਇਸੇ ਤਰ੍ਹਾਂ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਜੋ ਆਪ ਜੀ ਪਟਿਆਲੇ ਗੁਰਦੁਆਰਾ ਸ੍ਰੀ ਗੁਰੂ ਨਿਵਾਸ ਸਾਹਿਬ ਦਰਸ਼ਨ ਕਰਦੇ ਹੋ ਸੋ ਸਾਧ ਸੰਗਤ ਤੋਂ ਉੱਥੇ ਕਹਿੰਦੇ ਬੜੀ ਬਿਮਾਰੀ ਮਿਲ ਗਈ ਹੋਈ ਸੀ ਜਦੋਂ ਗੁਰੂ ਸਾਹਿਬ ਜੀ ਪਹੁੰਚੇ ਤਾਂ ਉਸ ਸਮੇਂ ਕਾਫੀ ਨੁਕਸਾਨ ਹੋਇਆ ਉਹ ਨਗਰ ਦਾ ਜੋ ਨਗਰ ਵਸਿਆ ਹੋਇਆ ਸੀ ਉਸ ਸਮੇਂ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਕਿ ਸਾਡੀ ਇਹ ਬਿਮਾਰੀ ਫੈਲਣ ਕਾਰਨ ਪਸ਼ੂ ਵੀ ਮਰ ਜਾਂਦੇ ਨੇ ਤੇ ਅੱਗੇ ਸ੍ਰਿਸ਼ਟੀ ਜੋ ਪੈਦਾ ਹੋ ਰਹੀ ਹੈ ਬੜਾ ਨੁਕਸਾਨ ਹੋ ਰਿਹਾ ਸਤਿਗੁਰੂ ਜੀ ਕਿਰਪਾ ਕਰੋ ਤਾਂ ਸਾਧ ਸੰਗਤ ਉਸ ਨੇ ਜੋ ਸ਼ਬਦ ਸੀ ਆਪ ਜੀ ਜਿੱਥੇ ਇਸ਼ਨਾਨ ਕਰਦੇ ਸਰੋਵਰ ਸੋ ਗੁਰੂ ਸਾਹਿਬ ਜੀ ਨੇ ਉੱਥੇ ਬਚਨ ਕੀਤੇ ਸਨ ਕਿ ਭਾਈ ਬਸੰਤ ਪੰਚਮੀ ਦੇ ਆ ਕੇ ਇੱਥੇ ਜੋ ਵੀ ਇਸ਼ਨਾਨ ਕਰੇਗਾ ਕੋਈ ਵੀ ਭਾਵੇਂ ਰੋਗ ਹੈ ਕੋਈ ਵੀ ਦੁੱਖ ਹੈ ਉਸਦਾ ਦੁੱਖ ਦੂਰ ਹੋ ਜਾਵੇਗਾ ਸਵਾਗਤੀ ਸੰਗਤਾਂ ਬਸੰਤ ਪੰਚਮੀ ਦੇ ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਜਿੱਥੇ ਜਿਵੇਂ ਜਿਵੇਂ ਬਚਨ ਕੀਤੇ ਨੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਕਿਰਪਾ ਹੋਈ ਹੈ ਸੋ ਸੰਗਤਾਂ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ ਗੁਰਦੁਆਰਾ ਸ੍ਰੀ ਗੁਰੂ ਨਿਵਾਸ ਸਾਹਿਬ ਪਟਿਆਲੇ ਵਿਖੇ ਇਸ਼ਨਾਨ ਕਰਦੀਆਂ ਨੇ ਕਿਉਂਕਿ ਨੌਵੇਂ ਪਾਤਸ਼ਾਹ ਦੇ ਬਚਨ ਨੇ ਸਾਧ ਸੰਗਤ ਕਿ ਬਸੰਤ ਪੰਚਮੀ ਵਾਲੇ ਦਿਨ ਜੋ ਵੀ ਭਾਈ ਇਸ਼ਨਾਨ ਕਰੇਗਾ ਉਸ ਦਾ ਦੁੱਖ ਦੂਰ ਹੋਵੇਗਾ ਸੋ ਸਾਧ ਸੰਗਤ ਜੋ ਗੁਰੂ ਸਾਹਿਬ ਜੀ ਨੇ ਬਸੰਤ ਰਾਗ ਉਚਾਰਨ ਕੀਤਾ ਹੈ ਇਸਦੇ ਕਰਕੇ ਸਿੱਖ ਧਰਮ ਦਾ ਜੋ ਇਸਦੇ ਨਾਲ ਸੰਬੰਧ ਹੈ ਬਸੰਤ ਰੁੱਤ ਬਸੰਤ ਰਾਗ ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਸੰਤ ਪਰਮੇਸ਼ਰ ਨੂੰ ਆਖਿਆ ਹੈ ਸਵਾਗ ਸਾਧ ਸੰਗਤ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਧੰਨਵਾਦ ਹੈ ਕਿ ਆਸੀ ਜੋ ਚੈਨਲ ਜੋ ਕਿ ਕੁੜਾਣੀ ਚੈਨਲ ਹੈ ਆਪ ਜੀ ਕੋਈ ਵੀ ਸਮਾਗਮ ਦਾ ਆਪ ਜੀ ਦਰਸ਼ਨ ਕਰ ਸਕਦੇ ਹੋ ਸੋ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਆਪ ਸਾਧ ਸੰਗਤ ਜੀ ਸਮਾਂ ਹੋ ਗਿਆ ਹੈ ਸਤਿਗੁਰੂ ਜੀ ਕਿਰਪਾ ਕਰਨ ਭੋਲਾ ਚੁੱਕਾ ਤੋਂ ਬੀਮਾ ਕਰਨੀ ਜੀ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਅੱਜ ਸਮਾਗਮ ਹੋ ਰਿਹਾ ਹੈ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਥੀ ਧੰਨ ਧੰਨ ਮਹਾਂਪੁਰਖ ਭਾਈ ਗੁਰਦਾਨਾ ਜੀ ਜਿਨ੍ਹਾਂ ਨੇ 54 ਸਾਲ ਗੁਰੂ ਸਾਹਿਬ ਜੀ ਦੇ ਨਾਲ ਬਿਤਾਏ ਕੀਰਤਨ ਕੀਤਾ ਸੋ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਵਿਖੇ ਤਕਰੀਬਨ 9 ਵਜੇ ਤੋਂ 10:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ ਉਸ ਤੋਂ ਬਾਅਦ ਛੋਟੀਆਂ ਬੱਚੀਆਂ ਦਾ ਜਥਾ ਜੋ ਕਿ ਅਕੈਡਮੀ ਹੈ ਦਰਾਜ ਵਾਲੀ ਉਹ ਕੀਰਤਨ ਕਰਨਗੇ ਫਿਰ ਕਥਾ ਹੋਵੇਗੀ ਤਕਰੀਬਨ 2 ਵਜੇ ਤੱਕ ਇਹ ਸਮਾਗਮ ਚੱਲਣਾ ਹੈ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਕਹਿ ਅਰਦਾਸ ਨਾਨਕ ਦਾਸ ਸਦਾ ਤੁਧਿ ਆਗੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਮੁਈ ਸਹਾਏ
ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਠੇ ਸਬਦ ਪਜਾਏ ਤੇਗ ਬਹਾਦਰ ਸਿਮਰਿਐ ਘਰ ਨੌਵੀਂ ਦਾਵੈ ਧਾਰੇ ਸਭ ਥਾਨੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਬਾਹੀ ਦੇਗ ਸੁਣ ਕੇ ਅੰਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਹੜਾ ਸਿੰਘਾਂ ਸੁਗੜੀਆਂ ਨੇ ਧਰ ਕੇ ਤਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਕੇ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਵਿਵੇਕ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂਗੇ ਜੁਗੋ ਜੁਗ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਪ੍ਰਵਾਹਿ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਹ ਸਤਿਗੁਰੂ ਮੀਰੀ ਮੀਰੀ ਦੇ ਮਾਲਕ ਬੰਦੀ ਛੋੜ ਦਾ ਤਾਰ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਅੰਮ੍ਰਿਤ ਵੇਲੇ ਦੇ ਨਿਤਨੇਮ ਜੀ ਕੀ ਅਰਦਾਸ ਹੈ ਜੀ ਆਪ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ ਆਪ ਜੀ ਦਾ ਕੋਟਾਮ ਪੁਰਸ਼ ਕਰਿਆ ਕਰਵਾਰ ਕਾਰ ਪੁਰਜੁਕ ਮਾਫ ਕਰਨੀ ਸਤਿਗੁਰੂ ਜੀਓ ਸਮੂਹ ਸੰਗਤ ਅਤੇ ਕੈਦੀਆਂ ਦੀ ਅਰਦਾਸ ਕਰੋ ਕਰੋ ਸਰਬੱਤ ਸੰਗਤਾਂ ਨੂੰ ਨਾਮ ਦਾਨ ਸਿੱਖੀ ਸਿਦਕ ਭਰੋਸਾ ਬਖਸ਼ਣਾ ਸੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਸ਼ਿਵਾਲੀ ਸਰਮਾ ਵੱਲੋਂ ਆਈਲੈਟ ਦੇ ਪੇਪਰਾਂ ਚੋਂ ਸਫਲਤਾ ਲਈ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਨੇ ਕਾਕਾ ਅਵਜੋਤ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਵਜੋਂ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਕਰਾਉਂਦੇ ਨੇ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ੀਆਂ ਗੁਰਸਿੱਖੀ ਜੀਵਨ ਬਖਸ਼ਣਾ ਆਪ ਜੀ ਦੇ ਹਜ਼ੂਰ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਨਿਗਾਹ ਹਾਜ਼ਰ ਹੈ ਕਿਰਪਾ ਕਰੋ ਕਰੀ ਪਾਕ ਸਾਲ ਸੋਚ ਪਵਿੱਤਰਾ ਲਾਗੂ ਭੋਗ ਹਰ ਰਾਏ ਸੀਤ ਪੜਾਵੇ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਦਾ ਰਾਈਆਂ ਸੰਗਤਾਂ ਦੀ ਹਾਜ਼ਰੀ ਤੇ ਹੁਣ ਭੇਟਾ ਪ੍ਰਵਾਨ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੀ ਇਹ ਮਿਹਰਬਾਨ ਕਿਰਪਾ ਕਰੋ ਚਲਦੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਹੁਕਮ
ਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਧਰੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਬ੍ਰਹਮ ਕੋ ਮਿਲ ਬੋਝ ਹੈ। ਰਾਜ ਕਰੇਗਾ ਖਾਲਸਾ, ਸਭ ਮਿਲਣਗੇ। ਪੰਜ ਪਿਆਲੇ ਪੰਜ ਪੀਰ, ਅਰਜਨ ਕਾਇਆ ਪਲਟ ਕੈ। ਚਲੀ ਪੀੜੀ ਸੋਟੀਆਂ, ਗਲ ਭੰਜਨ ਗੁਣ ਸੂਰਮਾ, ਗਲ ਭੰਜਨ ਗੁਣ ਸੂਰਮਾ। ਸਲੋਕ ਮਹੱਲਾ ਤੀਜਾ।
ਨਾਨਕ ਨਾਉ ਭੁੱਤਿਆ ਹਲਦ ਫਲਦ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁਕਤੀ ਦੂਜੈ ਭਾਵ ਨਿਆਏ ਤੇ ਸੇ ਹਰ ਹਰ ਨਾਮ ਰਤੇ ਮਨ ਮਾਏ ਜਿਨਾ ਮੰਚ ਤੇ ਕੇ ਅਰਾਧਿਆ ਤਿਨਾ ਇਕ ਸਿਰ ਦੂਜਾ ਕੋ ਨਾਈ ਸੇ ਬਰਕ ਹਰ ਸੇਵਦੇ ਜਿਨ ਦੁਰ ਮਤ ਕਲੇਕ ਲਿਖਾਈ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਈ ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਕਾਖੜੀ ਸਿਰ ਟੀਜੈ ਆਪ ਗਵਾਈ ਸ਼ਬਦ ਮਰੈ ਬਿਰ ਨਾ ਮਰੈ ਤਾ ਸੇਵਾ ਪਵੈ ਸਭ ਥਾਈ।